ਹੈਲੋ ਡੀ ਸਟੂਡੈਂਟਸ ਅੱਜ ਆਪਾਂ ਇਸ ਵੀਡੀਓ ਵਿੱਚ ਦੇਖਾਂਗੇ ਭਾਜ ਯੋਗਤਾ ਨਿਯਮ 5 10 ਅਤੇ 11 ਲਈ ਪੰਜ ਦਾ ਨਿਯਮ ਕੀ ਹੁੰਦਾ ਬੇਟਾ ਪੰਜ ਦੇ ਨਿਯਮ ਲਈ ਕੀ ਹੁੰਦਾ ਬੇਟਾ ਆਖਰੀ ਅੰਕ 0 ਜਾਂ 5 ਹੋਣਾ ਚਾਹੀਦਾ ਕੋਈ ਵੀ ਸੰਖਿਆ ਹੈ ਮੰਨ ਲਓ ਮੈਂ ਸੰਖਿਆ ਲਿਖ ਦਿੰਨੇ ਇੱਥੇ ਮੈਂ ਦੋ ਸੰਖਿਆਵਾਂ ਲਿਖਣ ਲੱਗਿਆ ਇੱਥੇ 4 7 1 0 2 1 ਲਿਖ ਦਿੰਨੇ 4 7 1 2 0 ਠੀਕ ਹੈ ਹੁਣ ਤੁਸੀਂ ਦੇਖੋ ਵੀ ਇਹਨਾਂ ਵਿੱਚੋਂ ਤੇ ਕਿਹੜੀ ਸੰਖਿਆ ਭਾਗ ਹੋ ਸਕਦੀ ਆਪਾਂ ਇਹ ਦੇਖਣਾ ਵੀ ਦੋਨੋਂ ਸੰਖਿਆਵਾਂ ਨੂੰ ਬਿਨਾਂ ਲੰਬੇ ਭਾਗ ਕੀਤਾ ਆਪਾਂ ਇਹ ਦੱਸਣਾ ਵੀ ਕਿਹੜੀ ਸੰਖਿਆ 5 ਦੇ ਭਾਗ ਹੋ ਸਕਦੀ ਹੈ ਦੇਖੋ ਬਟਾ ਲਾਸਟ ਅੰਕ ਦੇਖਣਾ ਤੁਸੀਂ ਆਖਰੀ ਅੰਕ ਇਹਦਾ ਆਖਰੀ ਅੰਕ ਕਿੰਨਾ ਹੈ 2 ਇਹਦਾ ਆਖਰੀ ਅੰਕ ਕਿੰਨਾ ਹੈ 0 5 ਦਾ ਨਿਯਮ ਕੀ ਹੁੰਦਾ ਹੈ ਵੀ ਆਖਰੀ ਅੰਕ ਜਾਂ ਤਾਂ ਹੋਵੇ 0 ਤੇ ਜਾਂ ਹੋਵੇ 5 ਜੇ ਉਸ ਤੋਂ ਇਲਾਵਾ ਕੋਈ ਹੋਏਗਾ ਫਿਰ ਉਹ ਸੰਖਿਆ 5 ਦੇ ਭਾਗ ਨਹੀਂ ਹੋਵੇਗੀ ਕਹਿੰਦਾ ਮਤਲਬ ਆਹ ਤਾਂ ਭਾਗ ਨਹੀਂ ਹੋਊਗੀ 5 ਤੇ ਆ ਭਾਗ ਹੋਊਗੀ ਠੀਕ ਹੈ ਨਾ ਲੰਬੀ ਭਾਗ ਕਰਨ ਦੀ ਜਰੂਰਤ ਨਹੀਂ ਤੁਸੀ ਸਿਰਫ ਆਖਰੀ ਅੰਕ ਦੇਖਣਾ ਹੈ ਆਖਰੀ ਅੰਕ ਕਿੰਨਾ ਹੋਣਾ ਚਾਹੀਦਾ ਜਿਆਦਾ ਜ਼ੀਰੋ ਹੋਣਾ ਚਾਹੀਦਾ ਤੇ ਜਾਂ ਕੀ ਹੋਣਾ ਚਾਹੀਦਾ ਹੈ ਪੰਜ ਪੰਜ ਤਾਂ ਨਿਯਮ ਹੈ ਬੇਟਾ ਇਹ ਉਸ ਤੋਂ ਅੱਗੇ ਆਪਾਂ ਦੱਸ ਦਿੰਨੀ ਆਪ ਦੇਖਦੇ ਆ ਬੇਟਾ 10 ਦਾ ਨਿਯਮ ਹੁੰਦਾ ਆਖਰੀ ਅੰਕ ਜ਼ੀਰੋ ਹੋਵੇ ਬਸ ਸਿਰਫ ਤੁਸੀਂ ਆਖਰੀ ਅੰਕ ਦੇਖਣਾ ਵੀ ਕਿੰਨਾ ਲਿਖਿਆ ਹੈ ਮੰਨ ਲਓ ਮੈਂ ਸੰਖਿਆ ਮਰ ਲਿਖ ਦਿਨੇ ਤੇ ਤੇ ਇੱਕ ਸੰਖਿਆ ਲਿਖ ਦਿਨੇ ਮੰਨ ਲਓ ਮੈਂ ਹੁਣ ਦੇਖੋ ਬੇਟਾ ਤੁਸੀਂ ਕਿਹੜਾ ਅੰਕ ਦੇਖਣਾ ਆਖਰੀ ਅੰਕ ਆਖਰੀ ਅੰਕ ਕਿੰਨਾ ਲਿਖਿਆ ਦੇ ਚ ਜ਼ੀਰੋ ਇਹਦੇ ਚ ਆਖਰੀ ਅੰਕ ਕਿੰਨਾ ਲਿਖਿਆ 1 ਤੇ ਕਿਹੜੀ ਸੰਖਿਆ ਦਸ ਤੇ ਭਾਗ ਹੋਊਗੀ ਫਿਰ ਦੱਸੋ ਵੈਰੀ ਗੁੱਡ ਆਹ ਸੰਖਿਆ ਪਹਿਲੀ ਸੈਕਿੰਡ ਭਾਗ ਨਹੀਂ ਹੋਏਗੀ ਕਿਉਂ ਕਿਉਂਕਿ ਉਹਦਾ ਸੈਕਿੰਡ ਦਾ ਲਾਸਟ ਅੰਕ ਕਿੰਨਾ ਹੈਗਾ 1 ਹੈ ਦਸ ਦਾ ਨਿਯਮ ਕੀ ਹੁੰਦਾ ਵੀ ਆਖਰੀ ਕਿੰਨਾ ਹੋਣਾ ਚਾਹੀਦਾ ਹੈ ਜ਼ੀਰੋ ਆਪਾਂ ਕਿਸੇ ਸੰਖਿਆ ਨੂੰ ਦਸ ਤੇ ਪੂਰੀ ਲੰਬੀ ਭਾਗ ਨਹੀਂ ਕਰਕੇ ਵੇਖੀ ਪਰ ਆਪਣੇ ਕੋਲ ਇੱਕ ਨਿਯਮ ਹੈਗਾ ਆਪਾਂ ਉਸ ਨਿਯਮ ਨੂੰ ਲਾਇਆ ਨਿਯਮ ਲਾਉਣ ਤੋਂ ਬਾਅਦ ਪਤਾ ਲੱਗਦਾ ਆਪਾਂ ਨੂੰ ਵਾਕਈ ਇਹ ਸੰਖਿਆ ਭਾਗ ਹੁੰਦੀ ਹੈ ਕਿ ਨਹੀਂ ਹੁੰਦੀ ਠੀਕ ਹੈ ਨਾ ਅੱਗੇ ਆਗੇ ਬੜਾ 11 ਦਾ ਨਿਯਮ ਗੈਰਾਦਨਮ ਕੀ ਹੈ ਬਟਾ ਮੈਂ ਤੁਹਾਨੂੰ ਕੋ ਲਿਖ ਰਿਹਾ ਇੱਥੇ ਲਿਖਿਆ ਹੋਇਆ ਹੈ ਟਾਂਕ ਸਥਾਨ ਦੇ ਅੰਕਾਂ ਦਾ ਜੋੜ ਕਰਨਾ ਹੈ ਇੱਕ ਸੰਖਿਆ ਦਿੱਤੀ ਹੋਈ ਹੈ ਆਪਾਂ ਨੂੰ ਜਿਹੜੇ ਟਾਂਕ ਸਥਾਨ ਦੇ ਅੰਕ ਹੈ ਉਹਦਾ ਜੋੜ ਕਰ ਦਿਓ ਜਿਹੜੇ ਜਿਸ ਸਥਾਨ ਤੇ ਅੰਕ ਆਉਂਦਾ ਜੋੜ ਕਰ ਦਿਓ ਉਹਨੂੰ ਘਟਾਓ ਕਰਨੀ ਹੈ ਬਾਅਦ ਵਿੱਚ ਤੇ ਘਟਾਓ ਕਰਕੇ ਜਿਹੜਾ ਉੱਤਰ ਆਊਗਾ ਉਹਨੂੰ 11 ਤੇ ਭਾਗ ਕਰਕੇ ਵੇਖ ਲੈਣਾ ਠੀਕ ਹੈ ਨਾ ਪੜਨ ਲੱਗੇ ਨਹੀਂ ਤੁਹਾਨੂੰ ਸਮਝ ਲੱਗਣਾ ਮੈਂ ਤੁਹਾਨੂੰ ਕਰਕੇ ਦੱਸ ਦਿਆਂ ਕਿ ਕੀ ਆਊਗਾ ਮੰਨ ਲਓ ਬਸ ਸੰਖਿਆ ਲਿਖ ਦਿੰਨੇ 4 3 2 1 5 2 ਠੀਕ ਹੈ ਇਹ ਮੇਰੇ ਕੋਲ ਲੰਬੀ ਸਾਰੇ ਸੰਖਿਆ ਸੀ ਟਾਂਕ ਸਥਾਨ ਤੇ ਅੰਕ ਕਿਹੜੇ ਨੇ ਟਾਂਕ ਦਾ ਮਤਲਬ ਹੁੰਦਾ ਔਡ ਨੰਬਰਸ ਔਡ ਪਲੇਸਿਸ ਵਾਲੇ ਅੰਕ ਲਿਖਨੇ ਆਪਾਂ ਹੁਣ ਟਾਂਕ ਸਥਾਨ ਸਥਾਨ ਦਾ ਮਤਲਬ ਪਹਿਲਾ ਆ ਪਹਿਲਾ ਅੰਕ ਹੋ ਗਿਆ ਆ ਤੀਸਰਾ ਅੰਕ ਆ ਪੰਜਵਾਂ ਅੰਕ ਇਹ ਸਾਰੇ ਅੰਕ ਕਿਹਦੇ ਤੇ ਆ ਟਾਂਕ ਸਥਾਨ ਤੇ ਠੀਕ ਹੈ ਨਾ ਜਿਸ ਤੋਂ ਥੱਲੇ ਥੱਲੇ ਵਾਲੇ ਹੋ ਜਾਣਗੇ ਫਿਰ ਦਾ ਮਤਲਬ ਜਿਹੜੇ ਰਹਿ ਗਏ ਆ ਟਾਂਕ ਸਥਾਨ ਦੇ ਅੰਕ ਕਿਹੜੇ ਆ ਆਪਾਂ ਲਿਖ ਦਿੰਨੇ ਆ ਇੱਥੇ ਇਹਨਾਂ ਦਾ ਜੋੜ ਕਰਨਾ ਟਾਂਕ ਵਾਲਿਆਂ ਦਾ 4 2 ਤੇ 5 ਇਹਨਾਂ ਦਾ ਕਿੰਨਾ ਆਪਾਂ ਜੋੜ ਕਿੰਨਾ ਆਜੂਗਾ 11 ਠੀਕ ਹੈ ਹੁਣ ਆਪਾਂ ਕਰਦੇ ਜਿਸਤ ਵਾਲੇ ਹੁਣ ਮੈਂ ਜਿਸਤ ਲਿਖ ਲੰਗਾ ਹੁਣ ਕਹਾਂਗੇ ਜਿਸਤ ਕਿਹੜੀ ਹੈ ਜੀ ਜਿਹੜੇ ਰਹਿ ਗਏ ਜਿਸਤ ਸੰਖਿਆ ਨਹੀਂ ਦੇਖਣੀ ਜਿਸਤ ਸਥਾਨ ਤੇ ਅੰਕ ਦੇਖਣ ਜਿਸਤ ਸਥਾਨ ਕਿਹੜਾ ਹੁੰਦਾ ਹੈ ਦੂਸਰਾ ਚੌਥਾ ਤੇ ਛੇਵਾਂ ਦੂਸਰਾ ਕਿੰਨਾ ਲਿਖਿਆ ਆਪਣੇ ਕੋਲ 3 ਚੌਥੇ ਨੰਬਰ ਤੇ ਕੀ ਲਿਖਿਆ 1 ਤੇ ਛੇਵੇਂ ਨੰਬਰ ਤੇ ਕੀ ਲਿਖਿਆ 2 ਕਿੰਨਾ ਆ ਗਿਆ ਇਹਨਾਂ ਦਾ ਜੋੜ ਕਰਕੇ 6 ਆ ਗਿਆ ਹੁਣ ਜੋੜਤ ਕਰਕੇ ਆ ਗਿਆ ਇਹਨਾਂ ਦੋਵਾਂ ਦੇ ਘਟਾਓ ਕਰ ਦੋ ਜੁੜਾਪਨ ਆ ਤੁਮਾਂ ਦੀ ਘਟਾਓ ਕਰਾਂਗੇ 5 ਆ ਗਿਆ ਅਨਸਰ ਠੀਕ ਹੈ ਨਾ ਘਟਾਓ ਕਰਕੇ ਕਿੰਨਾ ਆ ਗਿਆ ਆਪਣੇ ਕੋਲੇ 5 ਹੁਣ ਦੇਖੋ ਇੰਨਾ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਜਿਹੜਾ ਅਨਸਰ ਆਊਗਾ ਉਹਨੂੰ ਆਪਾਂ ਵੇਖਣਾ ਵੀ 11 ਦੇ ਭਾਗ ਹੁੰਦਾ ਹੈ ਕਿ ਨਹੀਂ ਹੁੰਦਾ ਹੁਣ ਦੇਖੋ ਬੜਾ 5 ਜਿਹੜਾ ਹੈ ਉਹ 11 ਦੇ ਵੰਡਿਆ ਇਹਦਾ ਕੋਈ 5 11 ਦੇ ਭਾਗ ਨਹੀਂ ਹੁੰਦਾ ਕਿਉਂ 11 ਦੇ ਪਹਾੜੇ ਤੇ ਸਭ ਤੋਂ ਛੋਟੀ ਸੰਖਿਆ ਕੀ ਆਂਦੀ ਹੈ 0 0 ਤੋਂ ਬਾਅਦ ਕੀ ਆਂਦਾ ਹੈ 11 ਫਿਰ 22 11 ਦੋ ਤੇ 33 5 ਤਾਂ ਹੀ ਨਹੀਂ ਰਿਹਾ ਇਦਾ ਮਤਲਬ ਇਹ ਪੂਰੀ ਦੀ ਪੂਰੀ ਸੰਖਿਆ ਫਿਰ 11 ਦੇ ਭਾਗ ਨਹੀਂ ਹੋਊਗੀ 11 ਦਾ ਨਿਯਮ ਆਪਣੇ ਸੀ ਦੁਬਾਰਾ ਤੁਹਾਨੂੰ ਵਿੜ 11 ਦਾ ਨਿਯਮ ਥੋੜਾ ਟ੍ਰੀਕੀ ਹੈ 11 ਦਾ ਨਿਯਮ ਕੀ ਹੁੰਦਾ ਵੀ ਜਿਹੜੇ ਟਾਂਗ ਸਥਾਨ ਤੇ ਸਕਮਾ ਹੈਗੀਆਂ ਉਹਦਾ ਜੋੜ ਕਰ ਲਓ ਜਿਸਤ ਵਾਲੇ ਦਾ ਜੋੜ ਕਰ ਲਓ ਦੋਨਾਂ ਦੀ ਘਟਾਓ ਕਰੋ ਘਟਾਓ ਕਰਕੇ ਜਿਹੜਾ ਆਪਣੇ ਕੋਲੇ ਆਨਸਰ ਬਚਿਆ ਹੈ ਆਪਣੇ ਕੋਲ 5 ਤੇ 85 ਟਾਂਗ ਸਥਾਨ ਦੇ ਕਿਹੜੇ ਹੁੰਦੇ ਆ ਪਹਿਲਾ ਤੀਸਰਾ ਪੰਜਵਾਂ ਜਿਸ ਤੇ ਜਿਹੜੇ ਰਹਿ ਗਏ ਦੂਸਰਾ ਚੌਥਾ ਛੇਵਾਂ ਅੱਠਵਾਂ ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਦੇ ਘਟਾਓ ਕਰ ਦੋ ਘਟਾਓ ਕਰਨ ਤੋਂ ਬਾਅਦ ਆਪਣੇ ਕੋਲੇ ਜਿਹੜਾ ਆਨਸਰ ਬਚਿਆ 11 ਦੇ ਭਾਗ ਕਰਕੇ ਵੇਖੋ ਵੀ ਭਾਗ ਹੁੰਦਾ ਹੈ ਕਿ ਨਹੀਂ ਹੁੰਦਾ ਜੇ ਭਾਗ ਹੋ ਗਿਆ ਤਾਂ ਇਹਦਾ ਮਤਲਬ ਕੀ ਹੈ ਪੂਰੀ ਦੀ ਪੂਰੀ ਸੰਖਿਆ ਵਿਭਾਗ ਹੋਊਗੀ 11 ਤੇ ਜੇ ਨਹੀਂ ਹੁੰਦਾ ਫਿਰ ਪੂਰੀ ਦੀ ਪੂਰੀ ਸੰਖਿਆ 11 ਦੇ ਭਾਗ ਨਹੀਂ ਹੋਊਗੀ ਠੀਕ ਹੈ ਮੈਂ ਤੁਹਾਨੂੰ ਇੱਥੇ ਐਸੇ ਹੋਮਵਰਕ ਲਿਖਦਾ ਹਾਂ ਸਵਾਲ ਤੁਸੀਂ ਉਹਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਦਾ ਆਨਸਰ ਕੀ ਆਏਗਾ ਪਹਿਲਾ ਨੰਬਰ ਪਾ ਕੇ ਮੈਂ ਲਿਖਣ ਲੱਗੇ ਥੇ 1 2 0 4 6 ਤੇ 2 ਤੁਸੀਂ ਇਹਦੇ ਹੀ ਦੱਸਣਾ ਇੱਕ ਵੇ ਮੈਂ ਲਿਖਦਾ ਤੁਹਾਨੂੰ ਤੁਸੀਂ ਇਹ ਦੱਸਣਾ ਵੀ ਇਹ ਸੰਖਿਆ 5 ਤੇ 10 ਤੇ ਤੇ 11 ਤੇ ਕਿਹਦੇ ਕਿਹਦੇ ਤੇ ਭਾਗ ਹੋਊਗੀ ਕਿ ਜੇ ਤਿੰਨੇ ਹੀ ਹੋ ਠੀਕ ਹੈ ਨਾ 5 ਤੇ ਭਾਗ ਹੁੰਦੀ ਹੈ ਕਿ ਨਹੀਂ ਹੁੰਦੀ 10 ਤੇ ਹੁੰਦੀ ਹੈ ਕਿ ਨਹੀਂ ਹੁੰਦੀ ਤੇ 11 ਤੇ ਹੁੰਦੀ ਹੈ ਤੇ ਕਿ ਨਹੀਂ ਹੁੰਦੀ ਠੀਕ ਹੈ ਬੇਟਾ ਬੇਟਾ ਮੈਨੂੰ ਲੱਗਦਾ ਵੀ ਤੁਹਾਨੂੰ ਸਮਾਂ ਲੱਗੇ ਹੋਏਗੇ ਜਿਹੜੇ ਅੱਜ ਦੇ ਨਿਯਮ ਆਪਾਂ ਕਰਾਇਆ ਹੈ ਕੱਲ ਜਿਹੜੇ ਰਹਿ ਗਏ ਨਿਯਮ ਆਪਾਂ ਉਹ ਕਰਾਂਗੇ ਇੱਕ ਬੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਸਬਸਕ੍ਰਾਈਬ ਕਰਨ ਨਾਲ ਤੁਹਾਡੇ ਕੋਲ ਇਸ ਤੀਆਂ ਵੀਡੀਓਜ਼ ਤੁਹਾਡੇ ਮੋਬਾਈਲ ਦੇ ਵਿੱਚ ਆ ਜਾਇਆ ਕਰਨੀ ਹੈ ਸ਼ੇਅਰ ਜਰੂਰ ਕਰੋ ਚੈਨਲ ਨੂੰ ਤੁਹਾਡੇ ਫਰੈਂਡਸ ਦੇ ਨਾਲ ਉਹਨਾਂ ਨੂੰ ਕੋਈ ਵੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਹੈ ਥੈਂਕ ਯੂ ਬੇਟਾ